video che lo sposto. ਜਿੰਨਾ ਟਾਈਮ ਰੁਕਿਆ ਉਹਨਾਂ ਟਾਈਮ ਸਹੀ ਇੱਕ ਦੀ ਗੇਮ ਲਾ ਦਿਓ ਇੱਕ ਦੀ ਗੇਮ ਲਾ ਦਿਓ ਕੋਈ ਨਹੀਂ ਹੋਰ ਸੰਗਤ ਖੜੀ ਹੈ ਇੱਧਰ ਖੇਡ ਦੇ 7 ਵਜੇ ਕੋਈ ਗੱਲ ਨਹੀਂ ਸੰਗਤ ਜੇ ਦੇਖ ਰਹੀ ਹੈ ਤਾਂ ਆਪਣਾ ਫਰਜ਼ ਬਣਦਾ ਕਿ ਆਪਾਂ ਥੋੜ੍ਹਾ ਟਾਈਮ ਲਾ ਦਈਏ ਖਿੱਚ ਚਲਾ ਦੇ ਵੀਰੇ ਚਲਾ ਦੇ ਸਾਊਂਡ ਆ ਸੰਗਤ ਨੂੰ ਬੇਨਤੀ ਹੈ ਕਿ ਆਪਾਂ ਗੱਤਕਾ ਖੇਡਦੇ ਜਾਣਾ ਤੁਸੀਂ ਵੇਖਦੇ ਜਾਣਾ ਅਤੇ ਹਰ ਇੱਕ ਚੌਂਕ 'ਤੇ ਆਪਾਂ ਹੀ ਥੋੜ੍ਹਾ ਜਿਹਾ ਨਾ ਡਿਸਟੈਂਸ ਬਣਾ ਲਿਆ ਕਰੋ ਤਾਂ ਜੋ ਅਸੀਂ ਵੀ ਵਧੀਆ ਤਰ੍ਹਾਂ ਖੇਡ ਸਕੀਏ ਆਪ ਜੀ ਨੂੰ ਪਿੱਛੇ ਕਰਨ ਕਰਨ 'ਚ ਟਾਈਮ ਕੱਢ ਜਾਂਦੇ ਹਾਂ 5-7 ਮਿੰਟ ਲੰਘ ਜਾਂਦੇ ਆ ਇੰਨੇ 'ਚ ਫਿਰ ਪ੍ਰਬੰਧਕ ਆਉਂਦੇ ਆ ਫਿਰ ਕਹਿੰਦੇ ਚਲੋ ਹੈ ਨਾ ਬੇਨਤੀ ਪ੍ਰਵਾਨ ਕਰੋ ਚੱਲ ਬਈ ਫੌਜੀ ਸਾਹਿਬ ਖਿੱਚ ਕੇ ਸਾਊਂਡ ਚਲਾ ਦੇ ਬਈਆ ਸਾਊਂਡ ਚਲਾ ਦੇ ਕਰ ਯਾਰ ਨਾਲ ਦੀ ਨਾਲ ਚੌਂਕ ਹੈ ਰਾਮ ਚੌਂਕ ਹੈ ਉਸ ਜਗ੍ਹਾ ਤੇ ਆਪਾਂ ਗੱਤਕੇ ਦੀ ਹਾਜ਼ਰੀ ਭਰਾਂਗੇ ਆਪ ਜੀ ਸਭ ਸੰਗਤ ਨੇ ਉੱਥੇ ਆ ਕੇ ਖੁੱਲੇ ਰਾਮ ਚੌਂਕ ਅਗਲਾ ਬਸ ਠੀਕ ਹੈ ਇੱਥੇ ਹੀ ਆਪਾਂ ਖੇਡਣਾ ਜੀ ਤੇ ਰਸਤਾ ਥੋੜ੍ਹਾ ਪਾਰ ਕਰ ਲਈਏ ਜਿਹੜੀ ਸੰਗਤ ਨੇ ਇੱਥੇ ਵੀ ਲੰਗਰ ਦੀ ਸੇਵਾ ਕੀਤੀ ਹੈ ਸਭ ਸੰਗਤ ਵਾਸਤੇ ਉਹਨਾਂ ਦਾ ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਗਰੁੱਪ ਵੱਲੋਂ ਬਹੁਤ ਧੰਨਵਾਦ ਅਤੇ ਸਵਾਗਤ ਕੀਤਾ ਜਾਂਦਾ ਹੈ ਨਿਰਵੈਰ ਖਾਲਸਾ ਗੱਤਕਾ ਗਰੁੱਪ ਆਪ ਜੀ ਨੂੰ ਗੱਤਕੇ ਦੀ ਹਾਜ਼ਰੀ ਨਾਲ ਜੋੜੇਗਾ ਜੀ 7 ਵਜੇ ਜੀ ਥੋੜ੍ਹਾ ਜਿਹਾ ਹੋਰ ਅੱਗੇ ਕਰ ਦਿਓ ਜੀ ਜਗ੍ਹਾ ਹੋਣੀ ਚਾਹੀਦੀ ਆ ਥੋੜ੍ਹਾ ਅੱਗੇ ਕਰ ਲਓ ਵੀਰ ਜੀ
ਗੱਡੀ ਅੱਗੇ ਕਰੋ ਵੀਰੇ ਯਾਰ, ਅੱਗੇ ਖੇਡ ਤੋਂ ਪਤਾ ਨੀ ਚੱਲਦੇ ਭਾਈ ਸਾਹਿਬ, ਇੱਕ ਥੋੜਾ ਮੈਨੇਜਮੈਂਟ ਸੈੱਟ ਕਰੋ ਯਾਰ, ਕਿਉਂਕਿ ਅਸੀਂ ਆਪ ਹੀ ਸੈੱਟ ਕਰਾਉਂਦੇ ਫਿਰ ਇਹਨੇ ਤਾਂ ਤਾਂ ਹੀ ਕਰੋ ਜਿੱਥੇ ਖਿਡਾਉਣਾ ਸਾਨੂੰ ਪਹਿਲਾਂ ਦੱਸ ਦਿਆ ਕਰੋ ਵੀ ਇੱਥੇ ਪਤਾ ਲਾਉਣਾ, ਪਤਾ ਨੀ ਹੁੰਦਾ ਸਾਨੂੰ ਫਿਰ ਅਸੀਂ ਕਿਵੇਂ ਹੈ ਨਾ, ਅਸੀਂ ਫਿਰ ਸੈਟਿੰਗ ਕਰਦੇ ਰਹਿ ਜਾਂਦੇ ਇਹਨੂੰ, ਤੁਸੀਂ ਚੱਲੋ ਚੱਲ ਵੀਰ ਖਿੱਚ ਬੋ ਜੀ ਆਉਣ ਦੇ ਰਾ ਅਸੀਂ ਕਰਦੇ ਹਾਂ ਸ਼ੁਰੂ ਸਾਡੀ ਫੌਜ ਤਾਂ ਤਿਆਰ ਪਰ ਤਿਆਰ ਹੈ, ਜਿਹੜੇ ਚੌਂਕ ਤੇ ਕਹੋਗੇ ਖੇਡ ਦੇਣਗੇ, ਖੇਡਣ ਹੀ ਆਏ ਆ ਹਾਂਜੀ ਵੀਰੇ, ਥੋੜੀ ਜਿਹੀ ਆਵਾਜ਼ ਘਟਾਇਓ ਮਾੜਾ ਜਿਹਾ, ਥੋੜੀ ਜਿਹੀ ਆਵਾਜ਼ ਘਟਾ ਦਿਓ ਵੀਰੇ, ਥੋੜੀ ਜਿਹੀ ਆਵਾਜ਼ ਆਵਾਜ਼ ਘਟਾਇਓ, ਸਾਊਂਡ ਦੀ ਆਵਾਜ਼ ਘਟਾ ਦਿਓ ਵੀਰੇ, ਸਾਊਂਡ ਦੀ ਆਵਾਜ਼ ਘਟਾ ਦਿਆ ਕਰ, ਸਾਊਂਡ ਵਾਲੇ ਸਾਊਂਡ ਵਾਲੇ। ਹਾਂਜੀ ਸੰਗਤ ਨੂੰ ਬੇਨਤੀ ਹੈ ਜੀ, ਫੇਸਬੁੱਕ ਯੂਟਿਊਬ ਤੇ ਇੰਸਟਾਗ੍ਰਾਮ ਤੇ ਸਾਡਾ ਜੋ ਚੈਨਲ ਬਣਿਆ ਹੋਇਆ ਨਿਰਵੈਰ ਖਾਲਸਾ ਗੱਤਕਾ ਖੜਾ ਰਾਜਪੁਰਾ, ਮੈਂ ਬੇਨਤੀ ਕਰਦਾ ਜੀ ਇੰਸਟਾਗ੍ਰਾਮ ਤੇ ਜਿਹੜੇ ਸਰਚ ਕਰਕੇ ਇਸ ਪੇਜ ਨੂੰ ਫੋਲੋ ਕਰੋ, ਵੱਧ ਤੋਂ ਵੱਧ ਨਿਰਵੈਰ ਖਾਲਸਾ ਗਰੁੱਪ ਇੰਸਟਾਗ੍ਰਾਮ ਤੇ ਯੂਟਿਊਬ ਤੇ ਫੇਸਬੁੱਕ ਤੇ ਸਰਚ ਕਰ ਸਕਦੇ ਹੋ, ਤੇ ਵੱਧ ਤੋਂ ਵੱਧ ਇਸ ਅਕਾਊਂਟ ਨੂੰ ਫੋਲੋ ਕਰੋ ਤੇ ਅੱਗੇ ਵੱਧ ਤੋਂ ਵੱਧ ਸ਼ੇਅਰ ਵੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਰੇ ਸਿੰਘਾਂ ਨੂੰ ਬੇਨਤੀ ਹੈ ਕਿ ਘੇਰੇ ਨੂੰ ਖੁੱਲ੍ਹਾ ਕਰਾ ਲਿਓ। ਸੋ ਸੰਗਤ ਜੀ, ਇੱਥੇ ਸਾਡੇ ਵੀਰ ਹਰਜਿੰਦਰ ਵੱਲੋਂ ਅੱਖਾਂ 'ਚ ਨਮਕ ਪਾ ਕੇ ਆਰੀਅਲ ਤੋੜੇ ਜਾਣਗੇ ਜੀ, ਅੱਖਾਂ 'ਚ ਨੂਣ ਪਾ ਕੇ। 20 ਮਿੰਟ ਦਾ ਸਮਾਂ ਹੈ ਜੀ, ਥੋੜ੍ਹਾ ਖੁੱਲ੍ਹਾ ਕਰ ਲਓ ਚੌਂਕ ਜਗ੍ਹਾ। ਹਾਂ ਸ਼ਾਬਾਸ਼, ਆਪੀ ਆਪੀ ਪਿੱਛੇ ਹੋ ਜਾਓ ਜੀ, ਜੇ ਕਿਸੇ ਦੇ ਕੋਈ ਤੱਟ ਫੇੜ ਵੱਜ ਗਈ ਸਾਡੇ ਗਰੁੱਪ ਦੀ ਕੋਈ ਜ਼ਿੰਮੇਵਾਰੀ ਨਹੀਂ। ਟਰੱਕ ਪਿੱਛੇ ਲਿਆਓ ਯਾਰ, ਮੇਰੇ ਪ੍ਰਿੰਸੀਪਲ ਸਿੰਘ ਇੱਥੇ ਲਿਆਓ ਯਾਰ, ਸਾਊਂਡ ਵਾਲੇ ਨੂੰ ਪਿੱਛੇ ਕਰਾ ਦਿਓ ਜੀ, ਥੋੜ੍ਹਾ ਜਿਹਾ ਆਵਾਜ਼ ਨਹੀਂ ਆਉਂਦੀ ਜੀ, ਥੋੜ੍ਹਾ ਪਿੱਛੇ ਕਰਾ ਲਓ, ਇੱਥੇ ਸਰਕਲ ਥੋੜ੍ਹਾ ਖੁੱਲ੍ਹਾ ਕਰ ਦਿਓ। ਸੋ ਤੁਹਾਡੇ ਸਾਹਮਣੇ ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਗਰੁੱਪ ਰਾਜਪੁਰਾ ਪੰਜਾਬ ਤੋਂ ਜੋ ਕਿ ਵਿਸ਼ੇਸ਼ ਤੌਰ 'ਤੇ ਪਹੁੰਚਿਆ ਹੋਇਆ। ਸੋ ਇੱਥੇ ਗੱਤਕੇ ਦੇ ਨਾਲ ਨਾਲ ਤੁਹਾਨੂੰ ਸਟੰਟ ਵੀ ਦਿਖਾਏ ਜਾਣੇ ਨੇ। ਸੋ ਮਿਊਜ਼ਿਕ ਚਲਾ ਦੇ ਵੀਰੇ, ਮਿਊਜ਼ਿਕ ਚਲਾ ਦੇ, ਅਤੇ ਜਗਪ੍ਰੀਤ ਸਿੰਘ ਨੂੰ ਬੇਨਤੀ ਹੈ ਕਿ ਆਪਣਾ ਜਿੰਨਾ ਵੀ ਸਮਾਨ ਆ ਉੱਪਰ ਘੜੇ ਵਗੈਰਾ ਉਹ ਥੱਲੇ ਲਿਆਉਣ ਸਾਰੇ, ਉਹ ਸਟੰਟ ਵੀ ਹੋਣਾ, ਇਸ ਤੋਂ ਬਾਅਦ ਕਾਰਡ ਵੀ। ਹਾਂਜੀ ਸਾਊਂਡ ਚਲਾ ਦੇ ਵੀਰੇ, ਸਾਊਂਡ ਸ਼ਾਵਾ ਖਿੱਚ ਗਏ, ਸ਼ਾਵਾ ਰਣ ਸਿੰਘ ਜੀ, ਸਹੀ ਰਿਸ਼ਤਾ ਤੇਰੀਆਂ। ਵਾਹ ਜੀ ਵਾਹ, ਰਣ ਸਿੰਘ ਜੀ ਸਾਡਾ ਗੋਲਡ ਮੈਡਲਿਸਟ ਪਲੇਅਰ, ਚੜ੍ਹਦੀ ਕਲਾ ਪ੍ਰਦਰਸ਼ਨ, ਖਿੱਚ ਕੇ ਜਾਓ ਫਿਰ ਰਿਸ਼ਤਾ ਤੇਰੀਆਂ, ਸ਼ਾਵਾ ਕਿਆ ਬਾਤ ਹੈ। ਸੋ ਇਸ ਤੋਂ ਬਾਅਦ ਸੋ ਸਾਡੇ ਅਖਾੜੇ ਦੀ ਜਿੰਦ ਜਾਨ ਗੋਪੀ ਵੀ, ਵੈਰੀ ਗੁੱਡ, ਕਿਆ ਬਾਤ ਹੈ, ਖਿੱਚ ਕੇ ਜਾਓ ਫਿਰ ਰਿਸ਼ਤਾ ਤੇਰੀਆਂ, ਸ਼ਾਵਾ ਸਿੰਘ ਦੀ ਗੋਪੀ, ਗੋਪੀ ਸਿੰਘ ਗੌਰਵ ਜੀ, ਵਾਹ ਜੀ ਵਾਹ, ਚੜ੍ਹਦੀ ਕਲਾ, ਚੜ੍ਹਦੀ ਕਲਾ। ਸੋ ਇਸ ਤੋਂ ਬਾਅਦ ਸਾਡੇ ਅਖਾੜੇ ਦੀ ਸ਼ਾਨ ਪਾਸ ਸਿੰਘ,
ਚੜ੍ਹਦੀ ਕਲਾ ਵਾਲਾ ਪ੍ਰਦਰਸ਼ਨ ਤਲਵਾਰ ਪ੍ਰਦਰਸ਼ਨ ਕਰਕੇ ਦਿਖਾ ਰਿਹਾ ਜੀ, ਜੋ ਇਸ ਸ਼ਸਤਰ ਨੂੰ ਗੋਲੀਆਂ ਕਿਰਪਾਨ ਕਹਿੰਦੇ ਨੇ ਜੀ, ਸ਼ਸਤਰ ਨੂੰ ਜਿਹਦਾ ਸਿੱਖ ਪ੍ਰਦਰਸ਼ਨ ਕਰਕੇ ਦਿਖਾ ਰਿਹਾ। ਇਸ ਤੋਂ ਬਾਅਦ ਮੈਦਾਨ ਦੇ ਵਿੱਚ ਸਾਡਾ ਕੈਪਟਨ ਜੀ ਫੌਜੀ ਵੀਰ ਖਿੱਚ ਕੇ ਲੋ ਗਿਆ ਰਿਸ਼ਤਾ ਦੇ ਰਹੀ ਆ। ਚੜ੍ਹਦੀ ਕਲਾ ਦਾ ਪ੍ਰਦਰਸ਼ਨ ਦੋ ਸਿੰਘ ਲੰਮਾ ਪਾ ਲਿਓ ਜੀ, ਸਾਊਂਡ ਘੱਟ ਕਰਦੇ ਮੇਰੇ, ਸਾਊਂਡ ਘੱਟ ਕਰਾ ਦੋ। ਜੋ ਤੁਹਾਡੇ ਸਾਹਮਣੇ ਜੀ ਅੱਖਾਂ ਦੇ ਲੂਣ ਪਾ ਕੇ ਬਰਫ਼ ਵਾਲਾ ਸਟੰਟ ਕਰਨਾ ਜੀ, ਕਹਿੰਦੇ ਬਰਫ਼ ਪਿਘਲ ਜਾਏਗੀ ਜੇ 10 ਸਟੈਂਡ ਲਿਆਓ। ਸੋ ਤੁਹਾਡੇ ਸਾਹਮਣੇ ਜਿਹੜਾ ਅੱਖਾਂ ਦੇ ਲੋਕ ਪਾ ਕੇ ਸਟੰਟ ਉਹ ਅਗਲੇ ਚੌਂਕ 'ਚ ਕਰਾਂਗੇ, ਕਿਉਂਕਿ ਬਰਫ਼ ਆਈ ਹੋਈ ਹੈ ਆਪਣੇ ਕੋਲ, ਬਰਫ਼ ਪਿਘਲ ਰਹੀ ਹੈ। ਸੋ ਉਸ ਤੋਂ ਪਹਿਲਾਂ ਬਰਫ਼ ਵਾਲਾ ਸਟੰਟ, ਸੋ ਸਟੈਂਡ ਲਿਆਓ ਜੀ ਦੋਨੇ, ਸ਼ਾਬਾ, ਜਲਦੀ ਜਲਦੀ ਮਿਊਜ਼ਿਕ ਲਾ ਦੇ ਵੀਰੇ, ਕੰਮ ਦੂਜਾ ਵੀ ਲਿਆ ਦੋਨੇ ਹੀ ਰੱਖ, ਮਿਊਜ਼ਿਕ ਲਾ ਦੇ ਵੀਰੇ ਦੂਜਾ ਚੇਂਜ ਕਰਾ ਦਿਓ, ਸਾਊਂਡ ਹਰਮਨ ਸਾਊਂਡ ਚੇਂਜ ਕਰਾ ਕੇ ਆ ਗਈ, ਸ਼ਾਬਾ ਸ਼ਾਬਾ ਨਹੀਂ ਰੀਸਾ। ਹੁਣ ਜੀ ਪਿੱਛੇ ਗੰਡਾਸੇ ਤੇ ਕਿੱਲਾਂ ਦੇ ਉੱਤੇ ਸਿੰਘਾਂ ਨੂੰ ਲੰਮਾ ਪਾ ਕੇ ਫਿਰ ਸਟੰਟ ਕੀਤਾ ਜਾਣਾ ਜੀ, ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਗਰੁੱਪ ਰਾਜਪੁਰਾ। ਆ ਜਾਓ ਵੇਖ ਦਿਓ, ਸੋ ਸਾਡਾ ਸਟੰਟਮੈਨ ਵੀਰ ਪ੍ਰਿਤਪਾਲ ਸਿੰਘ ਜੀ, ਵੀਰ ਨਰਿੰਦਰ ਸਿੰਘ ਜੀ ਤੇ ਵੀਰ ਜਗਪ੍ਰੀਤ ਸਿੰਘ ਜੀ, ਜੋ ਕਿ ਇਹ ਸਟੰਟ ਨੂੰ ਕਰਕੇ ਦਿਖਾਉਣਗੇ ਤੁਹਾਨੂੰ। ਸੋ ਤਿਆਰ ਪਰ ਤਿਆਰ ਫੋਜਾ, ਲੋ ਜੀ ਅਗਲੀ ਕਾਰਵਾਈ ਕੁਲਦੀਪ ਸਿੰਘ। ਓ ਵਾਹ ਵਾਹ ਵਾਹ, ਨਹੀਂ ਰੱਖਾ ਜੋ ਦਿਓ ਇੱਥੇ ਐਵੇਂ ਦੀ ਆਵਾਜ਼ ਕੰਮ ਕਰਦੇ ਭਾਈ, ਆਵਾਜ਼ ਬੰਦ ਕਰ ਦਿਓ, ਆਵਾਜ਼ ਤੋਂ ਬੰਦ ਕਰ ਦਿਓ ਭਈਆ। ਹਾਂ ਓਕੇ, ਲੋ ਜੀ ਹੁਣ ਆਪ ਜੀ ਦੇ ਸਾਹਮਣੇ, ਹੁਣ ਆਪ ਜੀ ਦੇ ਸਾਹਮਣੇ ਜੀ ਬਰਫ਼ ਦਾ ਇੱਥੇ ਚੱਲ ਗਿਫਟ ਲੈ ਆਈ ਸੀ, ਤਾਂ ਕਰਕੇ ਆਪਾਂ ਇੱਥੇ ਸਟੰਟ ਹੀ ਕਰ ਰਹੇ ਹਾਂ। ਬਰਫ਼ ਆਪਣੀ ਬਾਈ ਹੋਰ ਮੰਗਾ ਲਿਓ, ਅਤੇ ਲਓ ਜੀ ਹੁਣ ਆਪ ਜੀ ਦੇ ਸਾਹਮਣੇ ਚੜ੍ਹਦੀ ਕਲਾ ਵਾਲਾ ਇੱਕ ਤੋਂ ਇੱਕ ਪ੍ਰਦਰਸ਼ਨ ਕਰਕੇ ਦਿਖਾਉਣਾ, ਅਤੇ ਸਾਨੂੰ ਵੀ ਪਤਾ ਲੱਗੇ ਵੀ ਤੁਹਾਨੂੰ ਇਹ ਆਨੰਦ ਪਿਆ, ਤੁਹਾਨੂੰ ਆਨੰਦ ਆ ਰਿਹਾ, ਖੇਡਦੇ ਆ ਦੇਖਦੇ ਆ ਸਾਨੂੰ। ਮੈਂ ਜਕਾਰਾ ਲਾਊਂਗਾ ਅਤੇ ਤੁਹਾਡੇ ਜਕਾਰੇ ਨੇ ਦੱਸਣਾ ਕਿ ਤੁਹਾਨੂੰ ਇਹ ਪਸੰਦ ਆ ਰਿਹਾ ਕਿ ਨਹੀਂ ਆ ਰਿਹਾ। ਮੈਂ ਜਕਾਰਾ ਲਾਊਂਗਾ ਜੀ ਅਤੇ ਤੁਹਾਡੀ ਆਵਾਜ਼ ਤੋਂ ਪਤਾ ਲੱਗੇ ਕਿ ਆਪਾਂ ਕਲਗੀਧਰ ਪਾਤਸ਼ਾਹ ਜੀ ਦੀ ਜੋ ਇਹ ਛਤਰ ਵਿੱਦਿਆ ਖੇਡ ਰਹੇ ਹਾਂ, ਆਪ ਜੀ ਨੂੰ ਇਹ ਪਸੰਦ ਵੀ ਆ ਰਹੀ ਹੈ। ਜੋ ਜਕਾਰਾ ਜੁੜੀਏ ਜੀ, ਬਹੁਤ ਬਹੁਤ ਧੰਨਵਾਦ। ਜਿੰਨੇ ਵੀ ਇੱਥੇ ਸੰਗਤ ਖੜੀ ਹੈ, ਬੜੀ ਸਤਿਕਾਰਯੋਗ ਹੈ, ਬਹੁਤ ਗੁਰੂ ਮਹਾਰਾਜ ਨੂੰ ਮੰਨਣ ਵਾਲੇ ਆ, ਸਾਰੇ ਸਤਿਕਾਰਯੋਗ ਹਨ ਜਿਹਨਾਂ ਵੀਰਾਂ ਨੇ ਸਾਨੂੰ ਇੱਥੇ ਬਤਾਇਆ। ਆਪ ਸਭ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਜੀ, ਚੜ੍ਹਦੀ ਕਲਾ ਵਾਲੇ ਪ੍ਰਦਰਸ਼ਨ ਕਰਕੇ ਦਿਖਾਏ ਜਾਣੇ ਆ। ਬਾਪੂ ਜੀ ਹਰਾ ਵੱਲੋਂ 100 ਲੱਖ ਸੰਬੜਾ, ਇੱਥੇ ਦੇ ਇਨਾਮ ਆਉਂਦੇ ਆ ਨਾ, ਜਦੋਂ ਤੁਸੀਂ ਸਾਨੂੰ ਖੇਡਦਿਆਂ ਵੇਖਦੇ ਹੋ, ਜਦੋਂ ਆਪਾਂ ਕਦੇ ਕੀਰਤਨ ਸੁਣਦੇ ਹਾਂ, ਕੀਰਤਨ ਦੇ ਵਿੱਚ ਰਸ ਆਉਂਦਾ, ਅਤੇ ਇਸੇ ਤਰ੍ਹਾਂ ਹੀ ਗੱਤਕਾ ਖੇਡਦੇ ਜਿਸ ਸਿੰਘ ਨੂੰ ਜਾਂ ਜਿਸ ਭੈਣ ਨੂੰ, ਵੀਰ ਨੂੰ, ਵੱਡੇ ਨੂੰ, ਛੋਟੇ ਨੂੰ, ਕਿਸੇ ਨੂੰ ਆਨੰਦ ਆਉਂਦਾ ਨਾ, ਅਤੇ ਜਦੋਂ ਮਾਣ ਸਤਿਕਾਰ ਮਿਲਦਾ ਤਾਂ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਹੈ ਕਿ ਹਾਂ। ਲਓ ਜੀ ਹੁਣ ਆਪ ਜੀ ਦੇ ਸਾਹਮਣੇ ਚਲਾਉਂਦੇ ਵੀਰੇ, ਚਲਾਉਂਦੇ ਜਲਦੀ ਜਲਦੀ, ਕਿਆ ਬਾਤ ਹੈ, ਇੱਕੋ ਹੀ ਭਾਜੀ ਇੱਕੋ ਹੀ ਕਾਰਖਾਨੇ ਦੀ ਜਦੋਂ ਹੋਰ
ਕਿਆ ਬਾਤ ਹੈ ਮੇਰੀ ਸਾਲੋ ਜੋ ਸ਼ੁਕਰੇ ਆ ਭਾਈ ਆ ਵੀ ਚੜ੍ਹਦੀ ਕਲਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਨੂੰ ਵੱਧ ਚੜ੍ਹ ਕੇ ਆਪਣ ਜੀ ਇਸੇ ਤਰ੍ਹਾਂ ਖੇਡੋ 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 ਹਲੇ ਭਾਈ ਦੇਖੋ ਚੜ੍ਹ ਚੜ੍ਹ ਕੇ ਬਹੁਤ ਮਾਇਆ ਤੇ ਕੱਥੇ ਆ ਰਹੇ ਆ ਜੀ ਆਹਾ ਸਾਡੇ ਬਾਪੂ ਜੀ ਦਾ ਮੱਲੋ 2 ਲੱਖ ਦਾ ਨਾਮ ਹੈ ਜੀ ਕਹਿੰਦੇ ਸਿੰਘਾਂ ਦੇ ਜੋਰ ਵੇਖ ਕੇ ਜਦੋਂ ਸਾਡਾ ਮਾਹੌਲ ਇੱਧਰੋਂ ਗਰਮ ਹੋ ਜਾਣਾ ਤੇ ਸੰਗਤ ਫਿਰ ਉਹਦਾ ਬਾਪੂ ਹੋ ਜਾਂਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਗੱਤਕੇ ਦਾ ਮਾਨ ਸਤਿਕਾਰ ਕਰਕੇ 2 ਲੱਖ ਦਮਦਾਰ ਅਰਦਾਸ ਕਰਾਈ ਹੈ ਜੀ ਵਾਹ ਚੜ੍ਹਦੀ ਕਲਾ ਕਿਆ ਬਾਤ ਹੈ ਓ ਜੋ ਜੋ ਨਹੀਂ ਰੀਤਾਂ ਤੁਹਾਡੀਆਂ ਕਿਆ ਬਾਤ ਹੈ ਖਿੱਚ ਕੇ ਵਾਹ ਵੀ ਵਾਹ ਸੋਨੇ ਅੱਖਾਂ ਵਿੱਚ ਵਾਹ ਕਿਆ ਬਾਤ ਹੈ ਸਾਡੀ ਭੈਣ ਵੱਲੋਂ ਵੀ ਗੱਤਕੇ ਦਾ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਆਹ ਕਿਆ ਬਾਤ ਹੈ ਨਹੀਂ ਰੀਤਾਂ ਵਾਹ ਜੀ ਚੜ੍ਹਦੀ ਕਲਾ ਵਾਸੀ ਕਰੇ ਆਪਣੀਆਂ ਲੜਕੀਆਂ ਨੂੰ ਆਪਾਂ ਵੱਧ ਤੋਂ ਵੱਧ ਗੱਤਕੇ ਨਾਲ ਜੋੜੀਏ ਜੀ ਉਸ ਪਾਸ਼ਾ ਚੜ੍ਹਦੀ ਕਲਾਵਾਂ ਬਖਸ਼ੀ ਕਰਦੀ ਬਹੁਤ ਚੜ੍ਹ ਕਲਾਵਾਂ ਪ੍ਰਦਰਸ਼ਨ ਚੱਕਰ ਚੜਾਈ ਕਰਕੇ ਦਿਖਾ ਰਹੀ ਹੈ ਇੱਕ ਵਾਰ ਵੀ ਭੈਣ ਦੇ ਲਈ ਪਤਕਾਰਾ ਲਾਈਏ ਜੀ ਸਾਡੀ ਇੱਥੇ ਜਿੰਨੀਆਂ ਵੀ ਭੈਣ ਆ ਉਹਨਾਂ ਨੂੰ ਵੀ ਗੱਤਕਾ ਸਿੱਖਣਾ ਚਾਹੀਦਾ ਜੀ ਵੱਧ ਤੋਂ ਵੱਧ ਕਿਆ ਬਾਤ ਹੈ ਬਹੁਤ ਕਾਮ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਫੇਰ ਕਮਾਇਆ ਤੇ ਬਿੱਠੇ ਆਪ ਸਭ ਸੰਗਤਾਂ ਨੇ ਨਰਾਇਣ ਖਾਲਸਾ ਦੀ ਝੋਲੀ ਵਿੱਚ ਪਾਇਆ ਜੀ ਬਹੁਤ ਧੰਨਵਾਦ ਆ ਰੋ ਜੀ ਜਗ੍ਹਾ ਖੁੱਲੀ ਕਰੋ ਜੀ ਨੋਖਾ ਸਿੰਘ ਦੇ ਵਿੱਚ ਪਿੱਛੇ ਦੇ ਉਹ ਲਿਆ ਆ ਰਿਹਾ ਚੱਕ ਲੈ ਚੜ੍ਹਦੀ ਕਲਾ ਦੇ ਵਿੱਚ ਆਪ ਜੀ ਪ੍ਰਦਰਸ਼ਨ ਕਰਕੇ ਦਿਖਾਇਆ ਜਾ ਰਿਹਾ ਨੀਚੇ ਕਿੱਲਾ ਉੱਤੇ ਵੀ ਕਿੱਲਾ ਔਰ ਉੱਤੇ ਨਾਰੀਅਲ ਤੋੜੇ ਜਾਣੇ ਆ ਜੀ ਬੜੇ ਧਿਆਨ ਨਾਲ ਵੇਖਣਾ ਸਾਊਂਡ ਚਲਾ ਦੇ ਵੀਰੇ ਸਾਊਂਡ ਕਿਵੇਂ ਬਣਾ ਦੇ ਇੱਕ ਇੱਕ ਕਰਕੇ ਜੀ ਕਿਆ ਬਾਤ ਹੈ ਅਕਾਲ ਆਰਾਮ ਨਾਲ ਬਾਬਾ ਜੀ ਆਰਾਮ ਨਾਲ ਵੇਟ ਕਰਕੇ ਨਾਰੀਅਲ ਸਾਨੂੰ ਹੋਰ ਚਾਹੀਦੇ ਨੇ ਜੀ ਨਾਰੀਅਲ ਦੀ ਸੇਵਾ ਜ਼ਰੂਰ ਪਕਾਈ ਜਾਵੇ ਨਾਰੀਅਲ ਕਿਉਂਕਿ ਨਾਰੀਅਲ ਦੇ ਬੜੇ ਜ਼ਿਆਦਾ ਸਾਡੇ ਕੋਲ ਸਟੰਟ ਹੁੰਦੇ ਆ ਨਾਰੀਅਲ ਦੇ
ਹਾੜੀ ਲੋਹੇ ਅਸੀਂ ਲੋਹਾ ਰਵੀਰ ਸਾਡਾ ਲੋਹਾ ਮਾਤ ਪਿਤਾ ਲੋਹਾ ਵੀਰ ਸਾਡੇ ਲੋਹੇ ਦਾ ਲੋਹਾ ਮੰਨੇ ਜ਼ਾਲਮ ਜੰਮੇ ਚੰਦੀ ਚੋ ਲੋਹਾ ਸ਼ਰੀਰ ਸਾਡਾ ਵਾਹਿਗੁਰੂ ਰੱਖਿਆ ਕਰੇ ਕਾਲ ਉਸੇ ਵੇਗਾ ਨਾ ਪਾਇਆ ਆਦ ਅਖੀਰ ਜਦੋਂ ਕਹਿੰਦੇ ਆ ਪਖਾਨ ਤੇ ਨਾ ਫਿਰ ਆ ਜੋ ਜਰਾ ਕਰੋ ਪਿਆ ਮਾਰੇ ਕਿਪਾ ਕਰੋ ਤਾਰੀਆ ਜੜੀ ਜੀਂਦੀ ਤੇ ਅਖੀਰ ਸਾਡਾ ਵੱਧ ਤੋਂ ਵੱਧ ਅਨਾਥ ਹੁੰਦੇ ਆ ਤੇ ਯਾਰ ਕੋਤਾ ਕਰਦਾ ਤੇ ਆਪ ਨੂੰ ਸਾਡਾ ਕਾ ਭਈਆ ਭਈਆ ਜਾਨ ਹੋਇਆ ਹੋਰ ਨੂੰ